ਅਮ ਜਿਵੇਂ ਕਿ ਇਲੈਕਸ਼ਨ ਦੀ ਗੱਲ ਕਰੀਏ 2022 ਦੇ ਇਲੈਕਸ਼ਨ ਆ ਰਹੇ ਆ ਤਾਂ ਆਮ ਪਾਰਟੀ ਉਹ ਲੋਕ ਕਿਸ ਤਰੀਕੇ ਨਾਲ ਚੋਣ ਪ੍ਰਚਾਰ ਜਿਹੜਾ ਕੀ ਕੀਤਾ ਜਾ ਰਿਹਾ ਹੈ। ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਜਿਹੜਾ ਚੋਣ ਪਰਚਾਰ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਹਦਾਇਤਾਂ ਆਈਆਂ ਹੈਗੀਆਂ ਇਲੈਕਸ਼ਨ ਕਮਿਸ਼ਨ ਦੀਆਂ ਉਸੇ ਟੰਗ ਦੇ ਨਾਲ ਚੋਣ ਪ੍ਰਚਾਰ ਕਰ ਰਹੀ ਹੈਗੀ ਆ। ਪਰ ਬੜੀ ਦੁੱਖ ਵਾਲੀ ਗੱਲ ਹੈ ਕਿ ਅੱਜ ਵੀ ਸਾਡੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਰਾਣਾ ਗੁਰਜੀਤ ਸਿੰਘ ਕੈਬਨਿਟ ਮਿਨਿਸਟਰ ਦੇ ਕੰਟਰੋਲ 'ਚ ਚੱਲ ਰਹੀ ਹੈਗੀ ਆ ਕਾਗਜ਼ਾਂ 'ਚ ਨਾਂ ਤੇ ਕੰਮ ਹੋ ਰਿਹਾ ਹੈਗਾ ਲੇਕਿਨ ਐਕਚੁਅਲ ਵਰਕ ਜਿਹੜਾ ਵਾ ਉਹ ਫੇਕ ਹੈਗਾ ਉਹਦਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਨੀ ਆ ਕਿ ਬਹੁਤ ਸਾਰੇ ਕਪੂਰਥੱਲੇ ਦੇ ਸ਼ਹਿਰ ਦੇ ਏਰੀਆ ਨੇ ਜਿੱਥੇ ਅੱਜ ਵੀ ਜਾਲੀ ਵੋਟਾਂ ਬਣੀਆਂ ਹੋਈਆਂ ਹੈਗੀਆਂ ਜਿਹੜੇ ਲੋਕ 10-10 ਸਾਲ ਤੋਂ ਮਰ ਚੁੱਕੇ ਹੈਗੇ ਨੇ ਯਾ 10-10 ਸਾਲ ਤੋਂ ਸ਼ਹਿਰ ਕਪੂਰਥਲਾ ਛੱਡ ਕੇ ਜਾ ਚੁੱਕੇ ਨੇ ਉਹਨਾਂ ਦੀਆਂ ਵੀ ਵੋਟਾਂ ਹੈਗੀਆਂ ਨੇ ਉਹ ਵੋਟਾਂ ਜਾਣਬੁੱਝ ਕੇ ਰੱਖੀਆਂ ਗਈਆਂ ਨੇ ਕਿਉਂਕਿ ਉਹ ਵੋਟਾਂ ਜਾਲੀ ਵੋਟਾਂ ਪੁਗਤਾਈਆਂ ਉਹਨਾਂ ਪੁਗਤਾਈਆਂ ਜਾਣੀਆਂ ਹੈਗੀਆਂ ਕਾਂਗਰਸ ਦੇ ਬਿਆਸ ਦੇ ਉੱਤੇ ਉਹਦਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਨੀ ਆ ਕਿ ਦੇਖੋ ਕੁਝ ਵਾੜਾਂ ਪਾਰਟਿਕੂਲਰ ਮੇਰੇ ਨੋਟਿਸ ਲਿਆਂਦੀਆਂ ਲੋਕਾਂ ਨੇ ਕਿਉਂਕਿ ਮੈਂ ਸ਼ਹਿਰ ਦਾ ਦੌਰਾ ਕਰ ਰਹੀ ਹੈਗੀ ਆ ਡੋਰ ਟੂ ਡੋਰ ਮੈਂ ਜਾ ਰਹੀ ਹੈਗੀ ਆ ਉੱਥੇ ਮੈਨੂੰ ਇਹ ਪਤਾ ਲੱਗਿਆ ਵੀ ਜਿੱਦਾਂ ਤੁਸੀਂ ਐਗਜ਼ਾਮਪਲ ਲੈ ਲਓ 19 ਨੰਬਰ ਵਾਰਡ ਉਹਦੇ ਚੋਂ ਉੱਥੇ 183 ਵੋਟਾਂ ਜਿਹੜੀਆਂ ਹੈਗੀਆਂ ਕੈਨਸਲ ਹੋਣ ਵਾਲੀਆਂ ਵਾਂ। 20 ਨੰਬਰ ਵਾਰਡ ਚੋਂ 260 ਵੋਟਾਂ ਕੈਨਸਲ ਹੋਣ ਵਾਲੀਆਂ ਹੈਗੀਆਂ ਨੇ। 21 ਨੰਬਰ ਵਾਰਡ ਚੋਂ 183 ਵੋਟਾਂ ਕੈਨਸਲ ਹੋਣ ਵਾਲੀਆਂ ਹੈਗੀਆਂ। 22 ਨੰਬਰ ਵਾਰਡ ਚੋਂ 381 ਵੋਟਾਂ ਕੈਨਸਲ ਹੋਣ ਵਾਲੀਆਂ ਹੈਗੀਆਂ ਨੇ। 23 ਨੰਬਰ ਵਾਰਡ ਚੋਂ 216 ਵੋਟਾਂ ਕੈਨਸਲ ਹੋਣ ਵਾਲੀਆਂ ਨੇ। 24 ਨੰਬਰ ਵਾਰਡ ਚੋਂ 146 ਵੋਟਾਂ ਕੈਨਸਲ ਹੋਣ ਵਾਲੀਆਂ ਨੇ। 25 ਨੰਬਰ ਵਾਰਡ ਚੋਂ 60 ਵੋਟਾਂ ਕੈਨਸਲ ਹੋਣ ਵਾਲੀਆਂ। ਜਿਹੜੇ ਬੀ ਐਲਓ ਬਣਾਏ ਨੇ ਉਹਨਾਂ ਨੇ ਜੋ ਵੀ ਕੰਮ ਕੀਤਾ ਕਾਗਜ਼ਾਂ 'ਚ ਕੀਤਾ ਐਕਚੁਅਲ ਮੌਕੇ ਦੇ ਉੱਤੇ ਕੋਈ ਨਹੀਂ ਗਿਆ ਹੈਗਾ ਮੌਕੇ ਦੇ ਨਾਂ ਜਾਣ ਕਰਕੇ ਹੀ ਜਿਹੜੀਆਂ ਮੈਂ ਤੁਹਾਨੂੰ ਇਹ ਪਾਰਟੀਕੂਲਰ ਦਿੱਤੀਆਂ ਗਿਆ ਇਹ ਉਹ ਵੋਟਾਂ ਜਿਹੜੇ ਲੋਕ ਮਰ ਚੁੱਕੇ ਆ ਜਾਂ 10-10 ਸਾਲ ਹੋ ਗਏ ਸ਼ਾਇਦ ਛੱਡ ਕੇ ਚਲੇ ਗਏ ਹੈਗੇ ਨੇ ਕਿਉਂਕਿ ਬੀਐਲਓਸ ਵੀ ਜਿਹੜੇ ਬਣੇ ਹੈਗੇ ਨੇ ਉਹ ਸਾਰੇ ਇਸ ਐਟ ਪ੍ਰੈਜ਼ੈਂਟ ਜਿਹੜੇ ਆਪਣੇ ਕਾਂਗਰਸ ਦੇ ਲੀਡਰ ਰਾਣਾ ਗੁਰਜੀਤ ਸਿੰਘ ਜੀ ਕੈਬਨਿਟ ਮਨਿਸਟਰ ਉਹਨਾਂ ਦੇ ਇਨਫਲੂਐਂਸ ਦੇ ਵਿੱਚ ਹੈਗੀ ਆ ਔਰ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਹੈ ਇਨਕਲੂਡਿੰਗ ਸਾਡੇ ਡਿਪਟੀ ਕਮਿਸ਼ਨਰ ਆ ਉਹ ਇਸ ਚੀਜ਼ ਤੇ ਕੋਈ ਐਕਸ਼ਨ ਨਹੀਂ ਲੈ ਲੈ ਰਹੀ ਹੈਗੀ ਜੋ ਵੀ ਕੰਮ ਹੋ ਰਿਹਾ ਉਹ ਦਫਤਰੀ ਕਾਗਜ਼ਾਂ ਚ ਹੋ ਰਿਹਾ ਮੌਕੇ ਤੇ ਕੁਝ ਨਹੀਂ ਕੀਤਾ ਜਾ ਰਿਹਾ ਹੈਗਾ ਇਹ ਇਵਨ ਮੈਂ ਮੈਡਮ ਡਿਪਲੇਕ ਮਿਸ਼ਨ ਆਫ ਅ ਨੋਟਿਸ ਚ ਵੀ ਲਿਆ ਲਿਆ ਲਿਆਂਦਾ ਹੈਗਾ ਜਿੱਦਨ ਸਾਡੀ ਮੀਟਿੰਗ ਹੋਈ ਆ ਕਿ ਮੈਡਮ ਸਾਡੇ ਸ਼ਹਿਰ ਦੇ ਵਿੱਚ 7000 ਤੋਂ ਜ਼ਿਆਦਾ ਜਿਹੜੀ ਜਾਲੀ ਵੋਟ ਪੈਂਦੀ ਹੈਗੀ ਆ ਲੇਕਿਨ ਦੁਖੀ ਹੋ ਕੇ ਮੈਂ ਮੰਨ ਤੋ ਕਹਿੰਨੀ ਆ ਕਿ ਇੱਥੇ ਦੁਖੀ ਹੋ ਕੇ ਮੈਂ ਮੰਨ ਤੋ ਕਹਿੰਨੀ ਆ ਕਿ ਇੱਥੇ ਐਕਚੁਅਲ ਜਿਹੜੇ ਆ ਫੇਅਰ ਇਲੈਕਸ਼ਨ ਪੋਸੀਬਲ ਨਹੀਂ ਹੈ ਮੈਨੂੰ ਲੱਗਦਾ ਕਿ ਤੁਹਾਨੂੰ ਕਿ ਜਿਹੜਾ ਪ੍ਰਸ਼ਾਸਨ ਹੈਗਾ ਸਿਰਫ ਝੂਠੇ ਮਤਲਬ ਕਿ ਵਾਦੇ ਤੱਕ ਹੀ ਸੀਮਤ ਰਹਿ ਕੇ ਰਹਿ ਗਿਆ ਕੀਤਾ ਕੀ ਹੈਗਾ ਪਾਣੇ 5 ਸਾਲ ਦੇ ਵਿੱਚ ਇਸ ਸ਼ਹਿਰ ਚ ਕੁਝ ਵੀ ਨਹੀਂ ਕੀਤਾ ਗਿਆ ਸ਼ਹਿਰ ਕੀ ਟੋਟਲ ਪੰਜਾਬ ਚ ਨਹੀਂ ਕੀਤਾ ਗਿਆ 4.5 ਸਾਲ ਕੈਪਟਨ ਸਾਹਿਬ ਆਪਣੇ ਮੈਲ ਚ ਸੁੱਤੇ ਰਹੇ ਠੀਕ ਹੈ ਜੀ ਉਹ ਜਿਹੜੀ ਪਾਕਿਸਤਾਨ ਲੇਡੀ ਆ ਉਹਦੇ ਨਾਲ ਆਪਣੀਆਂ ਜ਼ਿੰਦਗੀ ਦੀਆਂ ਖੁਸ਼ੀਆਂ ਮਨਾਉਂਦੇ ਰਹੇ ਰੂਸਾ ਦੇ ਨਾਲ ਅਖੀਰ ਉਹਨਾਂ ਦੀ ਪਾਰਟੀ ਨੇ ਲੱਤਾਂ ਖਿੱਚ ਕੇ ਉਹਨਾਂ ਨੂੰ ਕੁਰਸੀ ਤੋਂ ਲਾਇਆ ਕੁਰਸੀ ਤੋਂ ਲਿਆ ਕੇ ਇੱਕ ਨਵਾਂ ਸਿਸਟਮ ਅੰਤਰ ਰਚਾਤਾ ਚੰਨੀ ਸਾਹਿਬ ਨੂੰ ਲਿਆਉਂਦਾ ਚੰਨੀ ਸਾਹਿਬ ਨੂੰ ਲਿਆਉਂਦਾ ਸੀ ਇਸ ਕਰਕੇ ਕਿ ਦਲਿਤ ਵੋਟ ਅਸੀਂ ਹਾਸਲ ਕਰਨੀ ਹੈ ਚੰਨੀ ਸਾਹਿਬ ਨੇ ਦੇ ਐਲਾਨ ਤੇ ਐਲਾਨ ਦੇ ਐਲਾਨ ਤੇ ਐਲਾਨ ਹਵਾ ਜਿੱਦਾਂ ਆਪਾਂ ਹਵਾਈ ਫਾਇਰ ਕੀਤਾ ਕਰਦੇ ਏਦਾਂ ਐਲਾਨ ਕੀਤੇ ਮਤਲਬ ਤੁਸੀਂ ਉਹਨਾਂ ਇਲੈਕਸ਼ਨ ਕਮਿਸ਼ਨ ਨੂੰ ਕੀ ਮੰਗ ਕੇ ਕਰਿਆ ਦੇਖੋ ਮੈਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਸਭ ਤੋਂ ਵੱਡੀ ਮੰਗ ਤਾਂ ਇਹ ਹੈ ਮੇਰੀ ਕਿ ਕਪੂਰਥਲਾ ਇੱਕ ਐਦਾਂ ਦਾ ਸ਼ਹਿਰ ਹੈ ਪੰਜਾਬ ਦੇ ਵਿੱਚ ਜਿਹੜਾ ਗੁੰਡਾਗਰਦੀ ਚ ਮੰਨਿਆ ਸ਼ਹਿਰ ਹੈ ਉਹਦਾ ਲੇਟੈਸਟ ਐਗਜ਼ਾਮਪਲ ਹੈਗਾ ਵਾ ਕਿ ਰੀਸੈਂਟਲੀ ਕੌਂਸਲਰ ਪ੍ਰਿੰਸ ਨੇ ਸ਼ਰਿਆਮ ਗੋਲੀ ਚਲਾਈ ਆ ਕਰਪਾਨਾਂ ਦੇ ਨਾਲ ਉੱਥੇ ਵੱਡ ਟੁਕ ਹੋਈ ਹੈ ਗੱਡੀਆਂ ਤੋੜੀਆਂ ਗਈਆਂ ਹੈਗੀਆਂ ਨੇ ਇਸ ਤੋਂ ਪਹਿਲਾਂ ਇੱਕ ਲੇਡੀ ਸ਼ੁਸ਼ਮਾ ਉਹਨੂੰ ਕੱਢ ਕੇ ਦੁਕਾਨ ਦੇ ਵਿੱਚ ਉਦੇ ਮੂੰਹ ਤੇ ਜੁੱਤੀਆਂ ਮਾਰੀਆਂ ਰਾਣਾ ਸਾਹਿਬ ਦੇ ਵਰਕਰਸ ਨੇ ਇਹ ਕਹਿ ਕੇ ਵੀ ਤੂੰ ਰਾਣਾ ਸਾਹਿਬ ਦੇ ਪੋਰਟਲ ਤੇ ਜੁੱਤੀ ਮਾਰੀ ਸੀ ਤੈਨੂੰ ਹੁਣ ਸਿਖਾਣੇ ਆ ਕਿ ਐਕਚੁਅਲ ਜੁੱਤੀਆਂ ਕਿੱਦਾਂ ਪੈਂਦੀਆਂ ਹੈਗੀਆਂ ਫਿਰ ਸ਼ਰੀਆ ਮੈਨੂੰ ਦੁਸ਼ਾਇਰੇ ਵਾਲੀ ਗਰਾਊਂਡ 'ਚ ਰਾਣਾ ਸਾਹਿਬ ਨੇ ਰੋਕਿਆ ਔਰ ਰੋਕ ਕੇ ਮੇਰੇ ਤੇ ਸੈਕੂਅਲ ਕਲਰਫੁਲ ਰਿਮਾਰਕਸ ਪਾਸ ਕੀਤੇ ਉਹਦੀ ਕੰਪਲੇਂਟ ਕੀਤੀ ਮੈਂ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਮੈਂ ਧਰਨਾ ਵੀ ਲਾਇਆ ਲੇਕਿਨ ਟਿਲ ਡੇਟ ਉਹ ਕੰਪਲੇਂਟ ਨੂੰ ਇੱਕ ਬੰਦ ਬਾਕਸ 'ਚ ਰੱਖਿਆ ਹੋਇਆ ਹੈ ਮੈਂ ਇਲੈਕਸ਼ਨ ਕਮਿਸ਼ਨ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਮੈਂ ਇੱਕ ਰਿਪਿਊਟਡ ਲੇਡੀ ਆ ਮੈਂ 28 ਸਾਲ ਐਜ਼ ਅ ਜੱਜ ਕੰਮ ਕੀਤਾ ਤੇ ਸੈਸ਼ਨ ਜੱਜ ਐਜ਼ ਅ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਰਿਟਾਇਰਡ ਹੋਈ ਆ ਮੈਂ ਇੱਥੇ ਚੇਅਰਮੈਨ ਪਰਮਨੈਂਟ ਲੋਕ ਅਦਾਲਤ ਵੀ ਰਹੀ ਆ ਜੇ ਮੇਰੇ ਵਰਗੀ ਲੇਡੀ ਦਾ ਸੁਣਾਈ ਨਹੀਂ ਹੋਈ ਤੇ ਬਾਕੀ ਅਸੀਂ ਇਸ ਤੋਂ ਸੀ ਪੁਲਿਸ ਕੋਲੋਂ ਕੀ ਐਸਪੈਕਟ ਕਰ ਸਕਦੇ ਆ ਮੈਂ ਪਿੰਡਾਂ ਪਿੰਡਾਂ ਚ ਘੁੰਮ ਕੇ ਦੇਖ ਲਿਆ ਲੋਕਾਂ ਦੇ ਚਾਰ ਚਾਰ ਪਰਚੇ ਹੋਏ ਹੋਏ ਹੈਗੇ ਨੇ ਔਰ ਮੈਨੂੰ ਹੁਣ ਪੱਕਾ ਪਤਾ ਜੋ ਮੈਂ ਹਿਸਟਰੀ ਟਰੇਸ ਕੀਤੀ ਆ ਕਿ ਜਦੋਂ ਇੱਥੇ ਇਲੈਕਸ਼ਨਸ ਹੁੰਦੇ ਹੈਗੇ ਆ ਰਾਣਾ ਜੀ ਉਹ ਇਲੈਕਸ਼ਨਸ ਨੂੰ ਕਿੱਦਾਂ ਪ੍ਰਕਿਊਰ ਕਰਦੇ ਆ ਸ਼ਰਾਬ ਦੀਆਂ ਬੋਤਲਾਂ ਵੰਡ ਕੇ ਤੇ ਹਜ਼ਾਰ-ਹਜ਼ਾਰ ਰੁਪਈਆ ਵੰਡ ਕੇ ਔਰ ਰਾਜ ਕੇ ਗੁੰਡਾਗਰਦੀ ਹੁੰਦੀ ਆ ਬੂਥ ਕੈਪਚਰਿੰਗ ਹੁੰਦੀ ਆ ਲਾਸਟ ਟਾਈਮ ਵੀ 7 ਵਜੇ ਸਾਡੇ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੇ ਜਿਹੜੇ ਬੂਥ ਤੇ ਬਿਠਾਉਣ ਵਾਲੇ ਬੰਦਿਆਂ ਦੀ ਲਿਸਟ ਪ੍ਰਕਿਊਰ ਕਰਕੇ 11 ਵਜੇ ਉਹ ਬੰਦਸ਼ਨ ਦੇ ਵਿੱਚ ਸਾਨੂੰ 3.5 300 ਰੁਪਏ ਦੇ ਬੰਦਾ ਹਾਰ ਕੇ ਕਰਨਾ ਪਿਆ ਸੀ ਬੂਥ ਤੇ ਪਠਾਨ ਲਈ ਇਸ ਕਰਕੇ ਮੇਰੀ ਇਲੈਕਸ਼ਨ ਕਮਿਸ਼ਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਇਸ ਜਿਹੜੀ ਕੰਪਲੇਨ ਨੂੰ ਜੋ ਮੈਂ ਬੋਲ ਰਹੀ ਐ ਨੂੰ ਇੱਕ ਕੰਪਲੇਨ ਟ੍ਰੀਟ ਕੀਤਾ ਜਾਵੇ ਔਰ ਸਾਨੂੰ ਪੈਰਾ ਮਿਲਟਰੀ ਪੁਲਸ ਫੋਰਸਿਸ ਪ੍ਰੋਵਾਈਡ ਕੀਤੀਆਂ ਜਾਣ ਤਾਂ ਕਿ ਇਲੈਕਸ਼ਨ ਦੇ ਟਾਈਮ ਇੱਥੇ ਗੁੰਡਾਗਰਦੀ ਨਾ ਹੋਵੇ ਕਿਉਂਕਿ ਗੁੰਡਾਗਰਦੀ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਰਾਣਾ ਗੁਰਜੀਤ ਸਿੰਘ ਜੀ ਨੇ ਹੁਣੇ ਯੂਪੀ ਤੋਂ ਆਪਣੇ ਗੁੰਡੇ ਲੈ ਆ ਕੇ ਬਿਠਾ ਕੇ ਇੱਥੇ ਬਿਠਾ ਲਿੱਤੇ ਆ ਬੁਲਾ ਕੇ ਉਹਨਾਂ ਗੁੰਡਿਆਂ ਦਾ ਕੰਮ ਸਿਰਫ ਇਹੀ ਹੈ ਕਿ ਉਹਨਾਂ ਨੇ دہشت ਫੁਲਾਨੀਆਂ ਇਲੈਕਸ਼ਨ ਡੇਸ ਦੇ ਵਿੱਚ دہشت ਫੁਲਾਨੀਆਂ ਬੂਥ ਕੈਪਚਰਿੰਗ ਹੋਣੀ ਹੈਗੀ